ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੋ ਸਾਰੇ? ਹੁਬਸ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਆਪਾਂ ਪਹੁੰਚ ਚੁੱਕੇ ਸੀ ਰਾਤ ਦੇ ਟਾਈਮ ਡੀ ਮਾਰਟ। 8:30 ਦਾ ਟਾਈਮ ਹੋ ਗਿਆ ਸੀ, 9 ਵਜੇ ਦਾ ਟਾਈਮ ਹੋ ਗਿਆ ਸੀ। ਸੋਰੀ, ਦਿਨੇ ਟਾਈਮ ਨਹੀਂ ਲੱਗਦਾ, ਨਾ ਇਹਨਾਂ ਨੂੰ ਲੱਗਦਾ, ਨਾ ਮੈਨੂੰ ਲੱਗਦਾ। ਅਤੇ ਆਪਾਂ ਸੋਚਿਆ ਆਪਾਂ ਰਾਤ ਨੂੰ ਹੀ ਚੱਲਦੇ ਹਾਂ, ਅਤੇ ਆਲਵੇਜ਼ ਆਪਾਂ ਰਾਤ ਨੂੰ ਹੀ ਆਉਂਦੇ ਹਾਂ, ਦਿਨ ਦੇ ਟਾਈਮ ਆਪਾਂ ਨਹੀਂ ਆਉਂਦੇ। ਇੱਥੋਂ ਮੈਂ ਦੇਖ ਰਹੀ ਸੀ ਰਸ, ਇਹ ਕਹਿੰਦੇ ਤੂੰ ਰਸ ਰਹਿਣ ਦੇ, ਤੂੰ ਬ੍ਰੈਡ ਵਗੈਰਾ ਲੈ ਲਾ। ਅਤੇ ਫਿਰ ਮੈਂ ਚੱਕੇ ਵਾਈਟ ਬ੍ਰੈਡ, ਮੈਨੂੰ ਪਸੰਦ ਨਹੀਂ ਹੈਗੇ। ਅਤੇ ਫਿਰ ਮੈਂ ਚੱਕੇ ਬਰਾਊਨ ਬ੍ਰੈਡ, ਆਪਾਂ ਬਰਾਊਨ ਬ੍ਰੈਡ ਚੱਕ ਲਏ। ਉਸ ਤੋਂ ਬਾਅਦ ਜਿਹੜਾ ਆਪਣਾ ਸੌਦਾ ਪਤਾ ਸੀਗਾ, ਮੈਂ ਕਿਹਾ ਚਲੋ ਆਪਾਂ ਅੱਗੇ ਅੱਗੇ ਤੁਰੇ ਚੱਲ ਦਿਆਂਗੇ, ਜਿਹੜੀ ਜਿਹੜੀ ਚੀਜ਼ ਆਪਾਂ ਨੇ ਮਤਲਬ ਕਿ ਲੈਣੀ ਆ ਉਹ ਯਾਦ ਆਈ ਜਾਊਗੀ। ਅਤੇ ਚਾਹ ਪੱਤੀ ਦਾ ਮੈਨੂੰ ਪਤਾ ਨਹੀਂ ਸੀ ਵੀ ਘਰ ਹੈ ਕਿ ਨਹੀਂ ਹੈ, ਕਹਿੰਦੇ ਤੂੰ ਲੈ ਹੀ ਲੈ, ਫਿਰ ਕਿਹੜਾ ਵੀ ਉਹ ਸਦਾ ਹੀ ਰਹਿਣੀ ਆ, ਮੁੱਕਣੀ ਤਾਂ ਹੈਗੀ, ਅਗਰ ਹੋਊਗੀ ਵੀ ਤੂੰ ਚੱਕ ਲੈ। ਮੈਂ ਚਰਕੋ ਜੀ, ਚਲੋ ਜੀ ਆਪਾਂ ਚਾਹ ਪੱਤੀ ਵੀ ਚੱਕ ਲਈ ਸੀਗੀ। ਅਤੇ ਨੈਕਸਟ ਆਪਣਾ ਸਟੈਪ ਆਪਾਂ ਦੇਖ ਰਹੇ ਸੀਗੇ ਵੀ ਅੱਗੇ ਅੱਗੇ ਕੀ ਆ ਰਿਹਾ ਗਾ, ਆਪਾਂ ਨੇ ਅੱਗੇ ਅੱਗੇ ਕੀ ਲੈਣਾ ਗਾ। ਅਤੇ ਇੱਥੋਂ ਫਿਰ ਮੈਨੂੰ ਦਿਖ ਗਏ ਬਿਸਕਿਟ, ਸਾਰਾ ਦਿਨ ਹੁਨਰ ਬਿਸਕਿਟ ਬਿਸਕਿਟ ਕਰਦਾ ਰਹਿੰਦਾ ਗਾ। ਅਤੇ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਕਿਹੜੇ ਲੈਣੇ ਆਗੇ, ਦੱਸੋ ਕਿਹੜੇ ਲਈਏ ਆਪਾਂ, ਕਿਹੜੇ ਵਧੀਆ ਰਹਿਣਗੇ, ਕਿਹੜੇ ਤੁਸੀਂ ਵੀ ਖਾ ਲਉਂਗੇ, ਕਿਹੜੇ ਮੈਂ ਵੀ ਖਾ ਲਉਂਗੀ। ਅਤੇ ਫਿਰ ਆਪਾਂ ਨੇ ਹੁਨਰ ਦੇ ਲਈ ਅਤੇ ਆਪਣੇ ਲਈ ਬਿਸਕੁਟ ਚੱਕੇ। ਫਿਰ ਆਪਾਂ ਚੱਕੇ ਮੈਰੀਗੋਲਡ, ਬਿਕੋਜ਼ ਸ਼ੂਗਰ ਫਰੀ ਹੁੰਦੇ ਨੇਗੇ ਅਤੇ ਉਹ ਮੰਮਾ ਲਈ ਬੈਸਟ ਰਹਿੰਦੇ ਨੇਗੇ। ਅਤੇ ਉਸ ਦੂਸਰੀ ਸਾਈਡ ਪਏ ਸੀਗੇ ਉਹ ਮੈਰੀਗੋਲਡ, ਉਹ ਮੈਂ ਇੱਧਰ ਲੱਭਦੀ ਪਈ ਸੀਗੀ। ਅਤੇ ਮੈਂ ਇੰਨੀ ਇੰਨੀ ਹੈ ਨਾ, ਮੈਨੂੰ ਦੀਂਦਾ ਵੀ ਨਹੀਂ ਹੁੰਦਾ ਚੱਜ ਨਾਲ, ਚੀਜ਼ ਮੇਰੇ ਮੂਹਰੇ ਪਈ ਹੁੰਦੀ ਆ ਪਰ ਮੈਨੂੰ ਦਿਖਦੀ ਨਹੀਂ ਹੁੰਦੀ ਹੈਗੀ, ਅੰਨਪਣਾ ਮੇਰਾ, ਸੋਰੀ। ਮੈਂ ਮਤਲਬ ਇੰਨੀ ਮੈਨੀ ਹੋ ਗਈ ਅਤੇ ਮੈਂ ਹੋਲੀ ਦੇ ਕੇ ਜਾ ਰਹੀ ਸੀ, ਨਾਲੇ ਇਹਦੇ ਕੋਲ ਹੀ ਮਕੈਨ ਉਹਦੇ ਕੋਲ ਹੀ ਪਏ ਸੀਗੇ ਮੈਰੀਗੋਲਡ, ਇੱਧਰ ਪਰਾਂ ਸਾਈਡ ਪਏ ਸੀਗੇ ਅਤੇ ਮੈਨੂੰ ਦਿਖਦੇ ਨਹੀਂ ਪਏ ਸੀਗੇ। ਅਤੇ ਚਲੋ ਜੀ ਆਪਾਂ ਨੇ ਮੈਰੀਗੋਲਡ ਆਪਣੇ ਬਿਸਕੁਟ ਚੱਕ ਲਏ, ਬਿਕੋਜ਼ ਇਹ ਮੰਮਾ ਦੇ ਲਈ ਬੈਸਟ ਰਹਿੰਦੇ। ਚਲੋ ਆਪਾਂ ਤਾਂ ਖਾਣੇ ਹੀ ਆ, ਆਪਾਂ ਨੇ ਇਹਦਾ ਵਿੱਚੋਂ ਚੱਕਣੇ ਚੱਕਣੇ ਹੈਗੇ, ਪਰ ਮੰਮਾ ਖਾ ਲੈਂਦੇ ਨੇ ਬਿਕੋਜ਼ ਮੰਮਾ ਦੂਸਰੇ ਵਾਲੇ ਬਿਸਕੁਟ ਨਹੀਂ ਖਾ ਸਕਦੇ ਸ਼ੂਗਰ ਕਰਕੇ, ਉਹਨਾਂ ਨੂੰ ਦਿੱਕਤ ਆ, ਬਹੁਤ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ ਗਾ। ਸੌਣ ਲੱਗੇ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਨੇ, ਕੋਈ ਵੀ ਪੇਸ਼ੈਂਟ ਆ, ਕੋਈ ਵੀ ਕਿਸੇ ਨੂੰ ਕੋਈ ਵੀ ਡਿਸੀਜ਼ ਹੁੰਦੀ ਆ, ਬਿਮਾਰੀ ਹੁੰਦੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪਰਹੇਜ਼ ਜਿਹੜੇ ਰੱਖਣੇ ਪੈਂਦੇ ਨੇ। ਪਰਹੇਜ਼ ਕਰਨੇ ਬਹੁਤ ਔਖੇ ਨੇ, ਆਪਾਂ 3-4 ਦਿਨ ਬਿਮਾਰ ਹੋ ਜਾਈਏ ਨਾ ਅਤੇ ਆਪਾਂ ਨੂੰ 3-4 ਦਿਨ ਵੀ ਪਰਹੇਜ਼ ਰੱਖਣਾ ਔਖਾ ਹੋ ਜਾਂਦਾ। ਅਤੇ ਜਿਨ੍ਹਾਂ ਨੂੰ ਇਹ ਪੱਕੀਆਂ ਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਉਹਨਾਂ ਲਈ ਤਾਂ ਯਾਰ ਕਿੰਨੀ ਮੁਸ਼ਕਿਲ ਆਉਂਦੀ ਹੋਊ, ਹੈ ਨਾ। ਅਤੇ ਇੱਥੇ ਮੈਂ ਆਹ ਚੀਜ਼ਾਂ ਪਈਆਂ ਸੀ, ਕੁਛ ਦੇਖਦੀ ਪਈ ਸੀ, ਕੈਰਲੋਕਸ ਵਗੈਰਾ ਜਿਹੜੇ ਵੀ ਹੁੰਦੇ ਨੇਗੇ, ਇਹ ਸਾਰੇ ਦੇਖਦੀ ਪਈ ਸੀ ਵੀ ਮੈਂ ਕਿਹਾ ਵੀ ਚਲੋ ਅਸਾਂ ਨਹੀਂ ਲੈਂਦੇ, ਚਲੋ ਬਾਹਰ ਲੈ ਕੇ ਚੱਲਾਂਗੇ। ਇੰਨੇ ਜਿਹੜਾ ਆਪਣਾ ਮੇਨ ਸਮਾਨ ਆ ਪੌਦੇ ਵੱਲ ਵਧੀਏ, ਠੀਕ ਹੈ, ਜਿਹੜਾ ਸਮਾਨ ਆਪਣਾ ਜ਼ਰੂਰੀ ਹੈ। ਅਤੇ ਇਸ ਤਰੇ ਅਤੇ ਪੋਹਾ ਵਗੈਰਾ ਤਾਂ ਘਰੇ ਪਿਆ ਸੀ, ਮੈਂ ਦੇਖਦੀ ਪਈ ਸੀਗੀ, ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਘਰੇ ਪਿਆ ਗਾ, ਘਰੇ ਮੈਂ ਕਾਫੀ ਦਿਨ ਤੋਂ ਬਣਾਇਆ ਵੀ ਨਹੀਂ ਹੈਗਾ, ਪੋਹਾ ਤਾਂ ਘਰੇ ਪਿਆ ਗਾ। ਅਤੇ ਫਿਰ ਆਪਾਂ ਇੱਧਰ ਆ ਗਏ ਸੀ ਜੀ ਮਿਰਚ ਮਸਾਲਿਆਂ ਵੱਲ, ਇਹ ਵੀ ਜ਼ਰੂਰੀ ਨੇ ਬਿਕੋਜ਼ ਇਹ ਵੀ ਖਤਮ ਹੋਣ ਵਾਲੇ ਸੀ। ਘਰੇ ਖਤਮ ਹੋਣ ਤੋਂ ਪਹਿਲਾਂ ਹੀ ਚੀਜ਼ ਆਪਾਂ ਘਰੇ ਲੈ ਜਾਂਦੇ ਹੁੰਦੇ ਹਾਂ, ਵੀ ਐਟ ਏ ਟਾਈਮ 'ਤੇ ਮੰਗਾਉਣੀ ਔਖੀ ਆ, ਕਈ ਵਾਰ ਇਹਨਾਂ ਨੂੰ ਵੀ ਵਕਤ ਨਹੀਂ ਹੁੰਦਾ ਹੈਗਾ, ਅਤੇ ਤਾਂ ਕਰਕੇ ਆਪਾਂ ਪਹਿਲਾਂ ਹੀ ਚੀਜ਼ ਲੈ ਜਾਂਦੇ ਹੁੰਦੇ ਹਾਂ। ਮਿਰਚ ਮਸਾਲੇ ਸਾਰੇ ਆਪਾਂ ਜਿਹੜੇ ਸੀਗੇ ਉਹ ਮੈਂ ਦੇਖ ਰਹੀ ਸੀ, ਇਹਨਾਂ ਨੂੰ ਜ਼ਿਆਦਾਤਰ ਨਾ ਇਹ ਮਿਰਚ ਮਸਾਲੇ ਇਹੀ ਲੈ ਕੇ ਆਉਂਦੇ ਹੁੰਦੇ ਨੇ। ਮੈਂ ਇਹਨਾਂ ਨੂੰ ਪੁੱਛ ਰਹੀ ਸੀ ਤੁਸੀਂ ਕਿਹੜਾ ਲੈ ਕੇ ਜਾਂਦੇ ਹੁੰਦੇ ਹੋ, ਕਿਹੜਾ ਲੈ ਕੇ ਜਾਂਦੇ ਹੁੰਦੇ ਹੋ, ਅਤੇ ਹੌਲੀ ਹੌਲੀ ਕਹਿੰਦੇ ਹੁੰਦੇ ਆ ਜ਼ਿੰਮੇਵਾਰੀਆਂ ਦਾ ਪਤਾ ਲੱਗਦਾ ਜਾਂ ਹੌਲੀ ਹੌਲੀ ਜੋ ਵੀ ਆ ਨਾ ਹਿਸਾਬ ਕਿਤਾਬ ਹੌਲੀ ਹੌਲੀ ਆਉਂਦਾ ਹੁੰਦਾ ਹੈਗਾ। ਹਾਲੇ ਤਾਂ 2 ਸਾਲ ਹੀ ਹੋਏ ਨੇ ਵਿਆਹ ਨੂੰ, ਹੌਲੀ ਹੌਲੀ ਪਤਾ ਲੱਗੂਗਾ, ਜ਼ਿੰਦਗੀ ਦਾ 3 ਸਾਲ ਹੋਣ ਵਾਲੇ ਆ ਵੈਸੇ, ਅਤੇ ਹੌਲੀ ਹੌਲੀ ਪਤਾ ਲੱਗਦਾ ਹੁੰਦਾ ਜ਼ਿੰਮੇਵਾਰੀਆਂ ਦਾ। ਇੱਥੇ ਆਪਾਂ ਨੇ ਚੱਕ ਲਿਆ ਸੀਗਾ ਗਾਰਲਿਕ ਵਗੈਰਾ ਦਾ, ਜਿੰਜਰ ਦਾ ਪੇਸਟ, ਇਹ ਕਹਿੰਦੇ ਇਹ ਵੀ ਲੈ ਲਾ, ਮੈਂ ਕਿਹਾ ਚਲੋ ਜਿਵੇਂ ਤੁਸੀਂ ਕਹਿੰਦੇ ਹੋ। ਤੁਹਾਡੇ ਅੱਗੇ ਤਾਂ ਆਪਾਂ ਹੁਣ ਕੀ ਬੋਲਣਾ ਗਾ, ਆਪਾਂ ਚੱਖਣੀ ਹੋ ਆ ਚੀਜ਼ ਅਗਰ ਤੁਸੀਂ ਕਹਿ ਤਾਂ। ਅਤੇ ਚਲੋ ਆਪਾਂ ਨੇ ਇੱਥੇ ਪੇਸਟ ਵਗੈਰਾ ਜਿਹੜਾ ਲੈਣਾ ਸੀਗਾ ਉਹ ਚੱਕਿਆ, ਅਤੇ ਹਿੰਗ ਵਗੈਰਾ ਪਈ ਸੀ, ਅਤੇ ਉਹਦੀ ਜਿਹੜੀ ਸਮੈਲ ਆ ਹਿੰਗ ਦੀ ਮੈਨੂੰ ਬਹੁਤ ਚੜ੍ਹਦੀ ਆ, ਮੈਨੂੰ ਬਿਲਕੁਲ ਨਹੀਂ ਪਸੰਦ ਹੈਗੀ। ਤੁਸੀਂ ਵੀ ਦੱਸਿਓ ਕਿਹਨੂੰ ਕਿਹਨੂੰ ਹਿੰਗ ਦੀ ਜਿਹੜੀ ਸਮੈਲ ਆ ਉਹ ਤੋਂ ਪ੍ਰੋਬਲਮ ਆ। ਅਤੇ ਇੱਥੇ ਬਸ ਸਾਰੀਆਂ ਚੀਜ਼ਾਂ ਮੈਂ ਦੇਖ ਰਹੀ ਸੀ ਵੀ ਹੋਰ ਤਾਂ ਨਹੀਂ ਕਿਤੇ ਕੋਈ ਮਸਾਲਾ ਰਹਿੰਦਾ ਹੈਗਾ, ਬਸ ਇੱਦਾਂ ਹੀ ਸਾ ਕਰਕੇ ਮੈਨੇ ਇੱਧਰੋਂ ਮਸਾਲੇ ਵਗੈਰਾ ਚੱਕੇ। ਫਿਰ ਮੈਂ ਪਿੱਛੇ ਬੈਕ ਮੁੜ ਗਈ, ਮੈਂ ਕਿਹਾ ਉਹ ਹੋ ਕੇ ਉਹ ਵੀ ਲੈਣਾ ਹੈਗਾ।
ਅਤੇ ਇੱਥੋਂ ਆਪਾਂ ਚੱਕਿਆ ਕਿ ਉਹ ਤਾਂ ਇੱਧਰ ਨਮਕ ਵੀ ਰਹਿੰਦਾ ਸੀਗਾ, ਸਿੰਧਾ ਨਮਕ ਲੈਂਦੇ ਹੁੰਦੇ ਹੈਗੇ ਆਪਾਂ, ਅਤੇ ਉਹ ਮੈਂ ਭਾਲ ਰਹੀ ਸੀਗੀ ਅਤੇ ਚਲੋ ਜੀ ਆਪਾਂ ਸਿੰਧਾ ਨਮਕ ਵੀ ਵਗੈਰਾ ਆਪਣਾ ਚੱਕ ਲਿਆ ਸੀਗਾ। ਅਤੇ ਸਟੋਰ ਦੀ ਅਨਾਊਂਸਮੈਂਟ ਹੋ ਗਈ ਸੀਗੀ ਵੀ ਸਟੋਰ ਬੰਦ ਹੋਣ ਵਾਲਾ ਗਾ, ਵੀ ਸਾਰੇ ਆਪਦਾ ਜਲਦੀ ਜੀ ਬਿੱਲ ਕਟਾ ਲਓ। ਅਤੇ ਇੱਧਰ ਮਹਾਰਾਜ ਜੀ ਆਪਣੇ ਜਿਹੜੇ ਸੀਗੇ ਉਹ ਫੋਨ 'ਤੇ ਲੱਗੇ ਪਏ ਸੀ, ਅਤੇ ਉਹਨਾਂ ਨੂੰ ਮੈਂ ਹੌਲੀ ਹੌਲੀ ਕਹਿ ਰਹੀ ਸੀ ਵੀ ਜਲਦੀ ਕਰੋ ਵੀ ਫੋਨ ਕੱਟ ਦਿਉ, ਮੈਨੂੰ ਅੱਗੇ ਵਧੋ ਜਲਦੀ ਜਲਦੀ, ਆਪਾਂ ਕੀ ਲੈਣਾ ਆਪਾਂ ਦੇਖੀਏ ਜਲਦੀ ਜਲਦੀ, ਅਨਾਊਂਸ ਹੋ ਜਾਂਦਾ ਜਲਦੀ। ਅਤੇ ਪਰ ਤੁਹਾਨੂੰ ਪਤਾ ਗਾ ਜਦੋਂ ਪਤੀ ਦੇਵ ਦਾ ਇੱਕ ਵਾਰ ਫੋਨ ਆ ਜਾਵੇ ਫਿਰ ਇਹਨਾਂ ਨੂੰ ਕੱਟਣਾ ਔਖਾ ਹੋ ਜਾਂਦਾ ਗਾ। ਅਤੇ ਇੱਥੇ ਇੰਨੀ ਭਰੀ ਮਹਿਫਿਲ ਦੇ ਵਿੱਚ ਆਪਾਂ ਉਹਨਾਂ ਨੂੰ ਘੂਰ ਵੀ ਨਹੀਂ ਸਕਦੇ ਹੈਗੇ, ਇਕੱਲੇ ਦਾ ਚਲੋ ਘੂਰ ਵੀ ਲੈਂਦੇ ਹੈਗੇ। ਅਤੇ ਬਸ ਇੱਦਾਂ ਕਰਕੇ ਮੈਂ ਸਮਾਨ ਵਗੈਰਾ ਮੈਂ ਦੇਖ ਰਹੀ ਸੀ, ਅੱਗੇ ਵੱਧ ਰਹੀ ਸੀਗੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਨੇ। ਇੱਕ ਮੈਂ ਨਾਰੀਅਲ ਵੀ ਪਿੱਛੋਂ ਸੱਚ ਲਿਆ ਸੀਗਾ, ਹਾਂ ਇੱਥੇ ਨਾਰੀਅਲ ਮੈਨੂੰ ਵਧੀਆ ਲੱਗੇ ਅਤੇ ਵਧੀਆ ਫਰੈਸ਼ ਫਰੈਸ਼ ਪਏ ਸੀਗੇ ਨਾਰੀਅਲ, ਅਤੇ ਉਹਨਾਂ 'ਚੋਂ ਮੈਂ ਨਾਰੀਅਲ ਵੀ ਲੈ ਲਿਆ ਸੀਗਾ। ਅਤੇ ਬਾਕੀ ਪਿੱਛੇ ਆਪਣਾ ਜਿਹੜਾ ਸੌਦਾ ਪਤਾ ਸੀ ਪਿਛਲਾ ਤਾਂ ਆਪਣਾ ਸਾਰਾ ਹੋ ਗਿਆ ਸੀਗਾ, ਅਤੇ ਇੱਥੋਂ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਉਹ ਮੈਂ ਨਾਲ ਦੀ ਨਾਲ ਦੇਖੀ ਜਾ ਰਹੀ ਸੀ, ਚੱਕੀ ਜਾ ਰਹੀ ਸੀਗੀ। ਅਤੇ ਇੱਧਰ ਅਗਰਬੱਤੀਆਂ ਲੈਣੀਆਂ ਸੀਗੀਆਂ ਉਹ ਦੇਖਣ ਚੱਲ ਗਏ ਸੀਗੇ, ਅਤੇ ਹੁਨਰ ਦਾ ਸੋਪ ਵਗੈਰਾ ਮੁੱਕਿਆ ਹੋਇਆ ਸੀਗਾ ਅਤੇ ਉਹ ਦੇਖ ਰਹੀ ਸੀਗੀ ਮੈਂ ਵੀ ਕਿਹੜਾ ਲਵਾਂ ਕਿਹੜਾ ਲਵਾਂ। ਵੈਸੇ ਤਾਂ ਮੈਂ ਹਿਮਾਲਿਆ ਦਾ ਸੀਰੀਅਸਲੀ ਯੂਜ਼ ਕਰਦੀ ਸੀਗੀ ਪਹਿਲਾਂ, ਪਰ ਹੁਣ ਮੈਂ ਹਿਮਾਲਿਆ ਦੇ ਜਿਹੜੇ ਪ੍ਰੋਡਕਟ ਨੇ ਉਹ ਹੌਲੀ ਹੌਲੀ ਕਰਕੇ ਛੱਡ ਰਹੀ ਹੈਗੀ, ਬਿਕੋਜ਼ ਜਿਹੜਾ ਹਿਮਾਲਿਆ ਦਾ ਸੋਪ ਆ ਉਹਦੇ ਨਾਲ ਮੈਨੇ ਪਰਸਨਲੀ ਫੀਲ ਕੀਤਾ ਵੀ ਮਤਲਬ ਕਿ ਨਾ ਬੱਚੇ ਦਾ ਫੇਸ ਥੋੜ੍ਹਾ ਜਿਹਾ ਕਾਲਾ, ਸ਼ਾਇਦ ਮੇਰੇ ਬੱਚੇ ਨੂੰ ਨਾ ਸੂਟ ਕਰਦਾ ਹੋਵੇ, ਹੋਰਾਂ ਨੂੰ ਕਰਦਾ ਹੋਵੇ ਉਹ ਕੋਈ ਗੱਲ ਨਹੀਂ ਹੈਗੀ। ਵੀ ਵੈਸੇ ਪਾਊਡਰ ਵਗੈਰਾ ਤਾਂ ਮੈਂ ਹਿਮਾਲਿਆ ਦਾ ਹੀ ਯੂਜ਼ ਕਰਦੀ ਹੈਗੀ, ਵੀ ਚਲੋ ਕੋਈ ਨਹੀਂ ਹੌਲੀ ਹੌਲੀ ਕਰਕੇ ਆਪਾਂ ਛੱਡਣ ਦੀ ਕੋਸ਼ਿਸ਼ ਕਰਾਂਗੇ, ਕੋਈ ਵਧੀਆ ਪ੍ਰੋਡਕਟ ਜਿਹੜਾ ਬੱਚੇ ਦੀ ਸਕਿਨ 'ਤੇ ਸੂਟ ਰਹੇ, ਕੋਈ ਐਲਰਜੀ ਨਾ ਕਰੇ, ਸਕਿਨ ਨੂੰ ਡਲ ਨਾ ਕਰੇ, ਉਸ ਤਰੀਕੇ ਦਾ ਕੋਈ ਜਿਹੜਾ ਪ੍ਰੋਡਕਟ ਆਪਾਂ ਹੌਲੀ ਹੌਲੀ ਆਪਾਂ ਦੇਖਾਂਗੇ ਕਿਹੜਾ ਸਹੀ ਬੈਠਦਾ ਗਾ। ਅਤੇ ਇੱਥੋਂ ਬਸ ਮੈਂ ਚੱਕ ਲਿਆ ਸੀਗਾ ਸੋਪ ਵਗੈਰਾ ਜਿਹੜਾ ਆਪਣੇ ਹੁਨਰ ਦਾ ਲੈਣਾ ਸੀਗਾ, ਡਾਈਪਰ ਹੁਣ ਆਪਣੇ ਬੱਚੇ ਦੇ ਬਹੁਤ ਘੱਟ ਗਏ ਆ, ਘਰੇ ਇੱਕ ਪੈਕਟ ਪਿਆ ਗਾ, ਉਹ ਵੀ ਕਦੇ ਜੇ ਕਿਤੇ ਦੂਰ ਆਉਣਾ ਜਾਣਾ ਹੁੰਦਾ ਉਹਦੇ ਲਈ ਮੈਂ ਯੂਜ਼ ਕਰਦੀ ਹਾਂ, ਅਦਰਵਾਈਜ਼ ਮੈਂ ਡਾਈਪਰ ਹੁਣ ਇਹਦਾ ਬਿਲਕੁਲ ਹੀ ਛੱਡ ਰੱਖਿਆ ਗਾ। ਇਹ ਤਾਂ ਮੈਂ ਦੇਖ ਰਹੀ ਸੀਗੀ ਵੀ ਇਹਨਾਂ 'ਚੋਂ ਕੋਈ ਚੀਜ਼ ਲੈਣੀ ਆ, ਫਿਰ ਮੈਂ ਸੋਚਿਆ ਘਰੇ ਫਲਾਈਨ ਵਗੈਰਾ ਪਈ ਹੈਗੀ ਵੀ ਚਲੋ ਕੀ ਹੈ ਨਾ ਫਾਲਤੂ ਚੀਜ਼ ਕਿਉਂ ਚੱਕਣੀ ਆ, ਜਿਹੜੀ ਚੀਜ਼ ਘਰੇ ਹੈਗੀ ਆ ਉਹ ਚੱਕਣ ਦਾ ਕੋਈ ਫਾਇਦਾ ਨਹੀਂ ਹੈਗਾ, ਐਵੇਂ ਫਾਲਤੂ ਖਰਚਾ ਪਤੀ ਦੇਵ ਦਾ ਕਰਾਉਣਾ ਗਾ ਫਿਰ ਅੱਖਾਂ ਕੱਢਣਗੇ। ਹੁੰਦਾ ਹੀ ਹੈ ਨਾ ਪਤੀ ਦੇਵ ਦਾ ਯਾਰ, ਸਾਰੇ ਹੀ ਮਤਲਬ ਕਿ ਮੇਰੇ ਵਾਲੇ ਹਾਲਾਤਾਂ 'ਚੋਂ ਗੁਜ਼ਰਦੇ ਹੋ ਸਾਰੀਆਂ ਹਾਊਸ ਵਾਈਫ, ਕਿਉਂਕਿ ਪਤੀ ਦੇਵ ਨੂੰ ਗੁੱਸਾ ਆਉਣ 'ਚ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਅਤੇ ਇੱਧਰ ਆਪਣੇ ਛੋਟੇ ਨਵਾਬ ਜੀ ਉਹ ਆਰਾਮ ਨਾਲ ਮਜ਼ੇ ਨਾਲ ਝੂਟੀਆਂ ਰਹਿ ਰਹੇ ਸੀਗੇ, ਉਹ ਦੇਖ ਰਹੇ ਸੀ ਵੀ ਮੈਂ ਕੀ ਚੱਕਾਂ ਮੈਂ ਕੀ ਲਵਾਂ ਮੈਨੂੰ ਕਿਉਂ ਨਹੀਂ ਕੁਛ ਦਵਾ ਰਹੇ। ਸੋਰੀ ਹੁਣ ਆਈ ਸੀ ਮੈਂ ਅਗਰਬੱਤੀਆਂ ਲੈਣ, ਪਰ ਜਿਹੜੀ ਅਗਰਬੱਤੀ ਮੰਮਾ ਘਰੇ ਯੂਜ਼ ਕਰਦੇ ਨੇਗੇ ਉਹ ਅਗਰਬੱਤੀ ਇੱਥੇ ਨਹੀਂ ਸੀਗੀ, ਮੈਂ ਹੋਰ ਦੇਖ ਰਹੀ ਸੀ ਵੀ ਹੋਰ ਕੋਈ ਪਸੰਦ ਆ ਜੇ ਹੋਰ ਕੋਈ ਪਸੰਦ ਆ ਜੇ, ਫਿਰ ਮੈਂ ਕਿਹਾ ਤੁਸੀਂ ਮੰਮਾ ਨੂੰ ਕਾਲ ਕਰਕੇ ਪੁੱਛੋ ਵੀ ਇੱਥੇ ਉਹ ਵਾਲਾ ਸਟੋਕ ਆ ਜਿਹੜਾ ਉਹ ਮੁੱਕਿਆ ਹੋਇਆ ਗਾ, ਵੀ ਅਗਰ ਕੋਈ ਹੋਰ ਲੈ ਕੇ ਆਉਣੀ ਹੈ ਤਾਂ ਆਪਾਂ ਉਹ ਲੈ ਆਉਂਦੇ ਹਾਂਗੇ। ਪਰ ਮੈਨੂੰ ਰਾਤ ਹੀ ਵਧੀਆ ਲੱਗੀ, ਪਰ ਮੰਮਾ ਕਹਿੰਦੇ ਵੀ ਨਹੀਂ ਮੈਂ ਵੀ ਉਹੀ ਲੈਣੀ ਹੈਗੀ, ਗੂਗਲ ਨਵਾਨ ਜਿਹੜੀ ਉਹ ਲੈਂਦੇ ਹੁੰਦੇ ਨੇਗੇ। ਅਤੇ ਪਰ ਮੰਮਾ ਨੇ ਕਿਹਾ ਸੀਗਾ ਵੀ ਚਲੋ ਕੋਈ ਇੰਨੇ ਹੋਰ ਲੈ ਆਇਓ, ਪਰ ਇਹਨਾਂ ਨੇ ਨੂੰ ਕੁਛ ਹੋਰ ਸੁਣਿਆ, ਕਹਿੰਦੇ ਮੰਮਾ ਕਹਿੰਦੇ ਰਹਿਣ ਦੇ, ਮੈਂ ਕਿਹਾ ਚਲ ਰਹਿਣ ਦੇ। ਅਤੇ ਇੱਥੇ ਵਾਰ ਵਾਰ ਜੀ ਹੱਥ ਪੈ ਰਿਹਾ ਸੀਗਾ ਚੋਕਲੇਟਾਂ ਨੂੰ, ਨਾਲੇ ਮੈਂ ਚੱਕ ਲਈਆਂ ਸੀਗੀਆਂ 4-5, ਇਹ ਫਿਰ ਨਾ ਉੱਥੋਂ ਚੱਕ ਚੱਕ ਕੇ ਪਿੱਛੇ ਸਿੱਟੀ ਜਾ ਰਿਹਾ ਸੀਗਾ, ਅਤੇ ਹੁਨਰ ਦੇ ਪਾਪਾ ਕਟਾ ਰਹੇ ਸੀਗੇ ਬਿੱਲ, ਅਤੇ ਚਲੋ ਫਿਰ ਆਪਾਂ ਆ ਗਏ ਸੀਗੇ ਘਰ ਨੂੰ। ਇਸ ਲੈ ਕੇ ਆਏ ਸੀਗੇ ਆਪਣੇ ਟੋਫੂ ਦਾ ਜਿਹੜਾ ਪਨੀਰ ਆ ਆਪਾਂ ਉਹ ਲੈ ਕੇ ਆਏ ਸੀਗੇ, ਅਤੇ ਆਲੂ ਭੁਜੀਏ ਦਾ ਪੈਕਟ ਮੈਂ ਚੱਕ ਲਿਆ ਸੀ ਤੁਰੀ ਜਾਂਦੀ, ਕੋਈ ਆਏ ਹੋ ਨਹੀਂ ਸੀਗਾ ਵੀ ਮੈਂ ਲੈ ਕੇ ਆਉਣਾ, ਉਹ ਮੈਂ ਤੁਰੀ ਜਾਂਦੀ ਚੱਕ ਲਈ। ਅਤੇ ਆਪਾਂ ਲੈ ਕੇ ਆਏ ਸੀ ਮਿਰਚ, ਲਾਲ ਮਿਰਚ ਹੋ ਗਈ, ਸੇਂਦਾ ਨਮਕ ਹੋ ਗਿਆ ਆਪਣਾ, ਜ਼ੀਰਾ ਹੋ ਗਿਆ, ਅਤੇ ਹਲਦੀ ਵਗੈਰਾ ਹੋ ਗਈ, ਅਤੇ ਚਾਹ ਪੱਤੀ ਵਗੈਰਾ, ਅਤੇ 2 ਬਿਸਕੁਟ ਦੇ ਜਿਹੜੇ ਵੱਡੇ ਪੈਕਟ ਸੀਗੇ ਉਹ। ਬ੍ਰੱਸ਼ ਲੈ ਕੇ ਆਈ ਸੀ ਬਿਕੋਜ਼ ਸਾਰਿਆਂ ਦੇ ਬ੍ਰੱਸ਼ ਖਰਾਬ ਹੋ ਚੁੱਕੇ ਸੀ, ਪੁਰਾਣੇ ਹੋ ਚੁੱਕੇ ਸੀਗੇ, ਅਤੇ ਹੁਨਰ ਦਾ ਸੋਪ ਲੈ ਕੇ ਆਈ ਸੀਗੀ ਮੈਂ, ਪੇਸਟ ਵਗੈਰਾ ਜੋ ਵੀ ਆ ਉਹ ਲੈ ਕੇ ਆਈ ਸੀ, ਬ੍ਰੈਡ ਦਾ ਪੈਕਟ ਵਗੈਰਾ ਲੈ ਕੇ ਆਈ ਸੀਗੀ, ਇੱਦਾਂ ਦੀਆਂ ਚੀਜ਼ਾਂ ਮੈਂ ਲੈ ਕੇ ਆਈ ਸੀਗੀ। ਇੱਥੇ ਨਾ ਰੇਟ ਇਹ ਚੀਜ਼ਾਂ ਦਾ ਠੀਕ ਹੈ, ਆਪਾਂ
ਮਿਡਲ ਕਲਾਸ ਨੂੰ ਅਗਰ 2-4 ਰੁਪਏ ਦਾ ਵੀ ਫਰਕ ਪੈਂਦਾ ਨਾ ਆਪਣੇ ਲਈ ਤਾਂ ਉਹ ਵੀ ਬਿਹਤਰ ਹੀ ਹੁੰਦਾ ਗਾ, ਅਤੇ ਚਲੋ ਆਪਾਂ ਨੂੰ ਤਾਂ ਇੱਥੇ ਬਹੁਤ ਕਈ ਵਾਰ ਬਹੁਤ ਪੈਸਿਆਂ ਦਾ ਬਹੁਤ ਚੀਜ਼ਾਂ ਦਾ ਫਰਕ ਪੈ ਜਾਂਦਾ, ਇਸ ਲਈ ਇੱਥੇ ਜਾਂਦੇ ਹੈਗੇ ਆਪਾਂ ਜ਼ਿਆਦਾਤਰ ਜਿਹੜਾ ਸਮਾਨ ਆਪਣਾ ਘਰ ਦਾ ਰਾਸ਼ਨ ਆ ਇੱਥੋਂ ਹੀ ਆਉਂਦਾ ਗਾ। ਤੁਸੀਂ ਵੀ ਜ਼ਰੂਰ ਟਰਾਈ ਕਰਿਓ, ਸਾਰੇ ਇਲਾਕਿਆਂ ਦੇ ਵਿੱਚ ਹੁਣ ਤਾਂ ਡੀਮਾਰਟ ਬਣ ਚੁੱਕਿਆ। ਓਕੇ ਜੀ, ਤੁਹਾਨੂੰ ਕਿੱਦਾਂ ਲੱਗੀ ਆਪਣੀ ਛੋਟੀ ਜਿਹੀ ਸ਼ੋਪਿੰਗ ਰਾਸ਼ਨ ਪਾਣੀ ਦੀ, ਜ਼ਰੂਰ ਦੱਸਿਓ ਕਮੈਂਟ ਕਰਕੇ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੈਸੇ ਮੈਂ ਕਦੇ ਬੋਲਦੀ ਨਹੀਂ ਹੁੰਦੀ, ਪਰ ਅੱਜ ਰਿਕੁਐਸਟ ਕਰਦੀ ਹਾਂ ਪਲੀਜ਼।